ਹਲਵਾਨ ਜੀ ਹੁਣ ਉਹਨੇ ਤੁਹਾਡੇ ਭਰਾ ਵੀ ਤੇ ਮੇਰੇ ਨਾਲ ਔਖੇ ਬੋਲੇ ਨੇ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਗੱਲ ਬਰਾਬਰ ਹੋ ਗਈ ਹੁਣ ਦੱਸੋ ਫਿਰ ਕੀ ਗੱਲ ਹੈ ਸਾਰੀ ਦੁਨੀਆ ਜਾਣਦੀ ਹੈ ਸੁਲਤਾਨੀਆ ਅਸਲਾਮ ਅਲੈਕੁਮ ਨਾਜ਼ਰੀਨ ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ ਅੱਜ ਬੜੀ ਇੱਕ ਬਿਹਤਰੀਨ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਸੁਲਤਾਨ ਰਾਏ ਦੀ ਸੁਪਰ ਹਿੱਟ ਫਿਲਮ ਕੌਣ ਸ਼ਰੀਫ ਕੌਣ ਬਦਮਾਸ਼ ਫਿਲਮ 22 ਨਵੰਬਰ 1977 ਈਦ ਉਲ ਅਜ਼ਹਾ ਦੇ ਮੌਕੇ ਤੇ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਫਿਲਮ ਹੈ ਇਸ ਨੂੰ ZF ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਹੈ ਤੇ ਆਪਣੇ ਦੌਰ ਦੀ ਸੁਪਰ ਹਿੱਟ ਫਿਲਮ ਸੀ ਕਾਸ਼ੀ ਚੰਦ ਸੁਲਤਾਨ ਰਾਏ ਨੂੰ ਰੋਕੋ ਬਦਮਾਸ਼ਾਂ ਦੀ ਰਾਹ ਟਕਦਾ ਹੈ ਉਹਨਾਂ ਦੀ ਗੱਲ ਸੁਣ ਕੇ ਮੈਂ ਮਸਰ ਸ਼ਾਹੀਨ ਕਿਉਂ ਸਰ ਹੁਣ ਮੈਂ ਆਪਣੇ ਦੁਸ਼ਮਣਾਂ ਕੋਲ ਇੰਤਕਾਮ ਲੈ ਸਕਦਾ ਚਕੋਰੀ ਕੈਫੀ ਮੇਰੀ ਮੰਗ ਵੱਲ ਉੱਠੇਗੀ ਮੈਂ ਆਸਫ ਖਾਨ ਉਹ ਸ਼ਿਕਾਰੀ ਦਾ ਬੱਚਾ ਉਹ ਹਮ ਕੋ ਕੌਣ ਸਮਝੋ ਨਾਜ਼ਲੀ ਕਿਉਂ ਹਮ ਕੋ ਆਤਾ ਜਾਤਾ ਅਦੀਬ ਅਸੀਂ ਹਮੇਸ਼ਾ ਉਹ ਲੋਕ ਕਤਲ ਕੀਤਾ ਹਮਾਇਓ ਕ੍ਰੇਸ਼ੀ ਸਾਨੂੰ ਤੜੀਆਂ ਲਾਉਣਾ ਹੈ ਬਦਮਾਸ਼ ਹੋ ਕੇ ਜੱਗੀ ਮਲਕ ਫਿਦਾ ਮਲਕ ਅਫਜ਼ਲ ਖਾਨ ਤੇ ਜ਼ਾਹਿਰ ਸ਼ਾਹ ਅਦਿਆਤ ਜ਼ਹੂਰ ਹੁਸੈਨ ਗਿਲਾਨੀ ਫਿਲਮਸਾਜ਼ ਮਨਜ਼ੂਰ ਹੁਸੈਨ ਮੁਸੰਨਿਫ ਹਜ਼ੀਨ ਕਾਦਰੀ ਤੇ ਮਿਊਜ਼ਿਕ ਤਾਫੂਰ ਸ਼ਾਇਰ ਹਜ਼ੀਨ ਕਾਦਰੀ ਸਈਦ ਗਿਲਾਨੀ ਗੁਲੂਕਾਰਾ ਨਾਈਦ ਅਖਤਰ ਤੇ ਕੈਮਰਾਮੈਨ ਤਹਿਸੀਨ ਖਾਨ ਨਾਜ਼ਰੀਨ ਇਸ ਫਿਲਮ ਵਿੱਚ ਸੁਲਤਾਨ ਰਾਏ ਨੇ ਟਰੱਕ ਡਰਾਈਵਰ ਦਾ ਕਿਰਦਾਰ ਅਦਾ ਕੀਤਾ ਹੈ ਤੇ ਉਹਦਾ ਨਾਮ ਸੁਲਤਾਨ ਹੁੰਦਾ ਹੈ ਸੁਲਤਾਨ ਇੱਕ ਸ਼ਰੀਫ ਇਨਸਾਨ ਹੁੰਦਾ ਹੈ ਨਜਮਾ ਗੱਲ ਇਹ ਕਿ ਅਸੀਂ ਸ਼ਰੀਫ ਲੋਕਾਂ ਤੇ ਬਦਮਾਸ਼ਾਂ ਨਾਲ ਮੱਥਾ ਲਾਉਂਦੇ ਚੰਗੇ ਨਹੀਂ ਲੱਗਦੇ ਇਸ ਵਾਸਤੇ ਮੈਂ ਬਾਨੋ ਦੇ ਪਿਓ ਸ਼ੇਖ ਸਾਹਿਬ ਨੂੰ ਵੀ ਇਹ ਮਸ਼ਵਰਾ ਦਿੱਤਾ ਕਿ ਵਹੀਦ ਦੇ ਕਤਲ ਦੀ ਗਵਾਹੀ ਦੇਣ ਨਾ ਜਾਣ ਔਰ ਉਹ ਇਹ ਚਾਹੁੰਦਾ ਕਿ ਉਹਦਾ ਜਿਹੜਾ ਛੋਟਾ ਭਾਈ ਅਬਦੁਲ ਰਹਿਮਾਨ ਦਾ ਕਿਰਦਾਰ ਫਿਦਾ ਮਲਕ ਨੇ ਅਦਾ ਕੀਤਾ ਹੈ ਤੇ ਸੁਲਤਾਨ ਟਰੱਕ ਡਰਾਈਵਰ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਫਿਦਾ ਮਲਕ ਜਿਹੜਾ ਉਹਦਾ ਛੋਟਾ ਭਾਈ ਅਬਦੁਲ ਰਹਿਮਾਨ ਹੁੰਦਾ ਹੈ ਉਹ ਪੜ੍ਹ ਲਿਖ ਕੇ ਇੱਕ ਵੱਡਾ ਇਨਸਾਨ ਬਣ ਜਾਏ ਬਿਜਲੀ ਬਦਮਾਸ਼ ਅਦੀਬ ਬਿਜਲੀ ਬਦਮਾਸ਼ ਦਾ ਕਰੈਕਟਰ ਅਦਾਕਾਰ ਅਦੀਬ ਨੇ ਅਦਾ ਕੀਤਾ ਹੈ ਬਿਜਲੀ ਬਦਮਾਸ਼ ਦੀ ਪੂਰੇ ਇਲਾਕੇ 'ਚ ਦਹਿਸ਼ਤ ਹੁੰਦੀ ਹੈ ਅਤੇ ਅਬਦੁਲ ਰਹਿਮਾਨ ਇੱਕ ਨਡਰ ਅਤੇ ਬਹਾਦਰ ਇਨਸਾਨ ਹੁੰਦਾ ਹੈ ਉਹ ਬਿਜਲੀ ਬਦਮਾਸ਼ ਦੀ ਬਦਮਾਸ਼ੀ ਤੋਂ ਹੌਸਲਾ ਹੋਣ ਦੇ ਬਜਾਏ ਉਹਦੇ ਮੁਕਾਬਲਾ ਕਰਨ ਨੂੰ ਤਰਜੀਹ ਦਿੰਦਾ ਹੈ ਅਤੇ ਸੁਲਤਾਨ ਉਸਨੂੰ ਇਸ ਗੱਲ ਤੋਂ ਮਨ੍ਹਾ ਕਰਦਾ ਉਹ ਇਹ ਚਾਹੁੰਦਾ ਕਿ ਅਬਦੁਲ ਰਹਿਮਾਨ ਇਹਨਾਂ ਕੰਮਾਂ ਤੋਂ ਬਾਜ਼ ਆ ਜਾਏ ਔਰ ਆਪਣੀ ਤਾਲੀਮ ਮੁਕੰਮਲ ਕਰਕੇ ਇੱਕ ਅੱਛਾ ਇਨਸਾਨ ਬਣੇ ਔਰ ਇੱਕ ਅੱਛੇ ਅਹੁਦੇ ਤੇ ਫਾਇਜ਼ ਹੋ ਜਾਏ ਲੇਕਿਨ ਅਬਦੁਲ ਰਹਿਮਾਨ ਇੱਕ ਨਡਰ ਅਤੇ ਬਹਾਦਰ ਇਨਸਾਨ ਹੁੰਦਾ ਹੈ ਔਰ ਉਹ ਇਹ ਨਹੀਂ ਚਾਹੁੰਦਾ ਕਿ ਉਹ ਕਿਸੇ ਦੇ ਸਾਹਮਣੇ ਆਪਣੇ ਸਰ ਨੂੰ ਝੁਕਾਏ ਮੇਰੀ ਮੰਗ ਵੱਲ ਜਿਹੜਾ ਹੱਥ ਵਧਾਏਗਾ ਮੈਂ ਉਹ ਹੱਥ ਉਹਦੇ ਜਿਸਮ ਤੋਂ ਜੁਦਾ ਕਰ ਦਿਆਂਗਾ ਓਏ ਜਿਹੜੀ ਅੱਖ ਮੇਰੀ ਆਸਫ ਖਾਨ ਨੇ ਇਸ ਫਿਲਮ ਵਿੱਚ ਟਰੱਕ ਡਰਾਈਵਰ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਸੁਲਤਾਨ ਦਾ ਦੋਸਤ ਹੁੰਦਾ ਹੈ ਨਾਜ਼ਲੀ ਤੇ ਆਸਫ ਖਾਨ ਦਾ ਪੇਅਰ ਬਣਾਇਆ ਗਿਆ ਹੈ ਨਾਜ਼ਰੀਨ ਨਾਜ਼ਲੀ ਨੇ ਇਸ ਫਿਲਮ ਵਿੱਚ ਬਹੁਤ ਹੀ ਅੱਛੀ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ ਔਰ ਉਸਦਾ ਜਿਹੜਾ ਤਕੀਆ ਕਲਾਮ ਹੁੰਦਾ ਹੈ ਜਿਗਰ ਹੋਏ ਉਹ ਉਹਦੇ ਮੂੰਹ 'ਚ ਬਹੁਤ ਹੀ ਅੱਛਾ ਲੱਗਦਾ ਹੈ ਨਾਜ਼ਰੀਨ ਕੌਣ ਸ਼ਰੀਫ ਕੌਣ ਬਦਮਾਸ਼ ਓਏ ਮੈਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾਇਆ ਓਏ ਬਾਹੂ ਤੂੰ ਸਾਨੂੰ ਵੇਖ ਕੇ ਇੱਕ ਸੁਪਰ ਹਿੱਟ ਫਿਲਮ ਹੈ ਇੱਕ ਬੜੀ ਅੱਛੀ ਫਿਲਮ ਹੈ ਔਰ ਅਫਸੋਸ ਦੀ ਇਹ ਗੱਲ ਹੈ ਕਿ ਇਹ ਫਿਲਮ ਤੁਹਾਨੂੰ ਯੂਟਿਊਬ ਤੇ ਨਹੀਂ ਮਿਲੇਗੀ ਨਾਜ਼ਰੀਨ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੁਹਾਡਾ ਬਹੁਤ ਸ਼ੁਕਰੀਆ